ਪਏ। ਇਹ ਸਭ ਲੋਕਾਂ ਦੀ ਨਫ਼ਰਤ, ਲੋਕੀ ਆਉਂਦੇ ਜੀ ਜਰਾਸੀਮ ਫੈਲਦੇ, ਆਹ ਮੂੰਹਾਂ 'ਤੇ ਛਿੱਕੀਆਂ ਚੜ੍ਹਾਈਆਂ। ਆਹ ਜੱਟਾਂ ਨੇ ਆਪਣੀਆਂ ਕੱਟੀਆਂ ਨੂੰ ਨਾ ਪਹਿਲੇ ਜਨਾਬ ਦੀ ਛਿੱਕੀਆਂ ਚੜ੍ਹਾਈਆਂ ਹੁੰਦੀਆਂ ਸੀ, ਅਤੇ ਉਹਨਾਂ ਜੀਭ ਕੱਢ ਕੇ ਨਾ ਦਾਲ ਆਉਣਾ, ਜਿਵੇਂ ਅੱਜ ਕੁੜੀਆਂ ਮੁੰਡੇ ਜੀਭ ਕੱਢ ਕੇ ਸੈਲਫੀ ਨਹੀਂ ਲੈਂਦੇ, ਆਹ ਦਹਾਈ ਕਿਵੇਂ ਲਾਉਂਦੇ ਨੇ, ਜੀਭ ਕੱਢੋ ਜ਼ਰਾ, ਹੁਣ ਕਿਸੇ ਮੁੰਡੇ ਨਹੀਂ ਕੱਢ ਰਹੀ, ਉੱਥੇ ਬੜੀ ਕੱਢਦੇ ਨੇ ਜ਼ਬਾਨ, ਹੈ ਜ਼ਬਾਨਾਂ ਕੱਢਦੇ ਨੇ ਅੱਲਾਹ। ਉਹ ਛਿੱਕੀ ਦੇ ਵਿੱਚੋਂ ਮੂੰਹ ਕੱਢ ਕੇ ਨਾ ਮਲਕ ਸਾਗ ਵੇਖਿਆ ਹੀ ਨਾ, ਉਹ ਜਨਾਬ ਇੰਝ ਮਿੱਟੀ ਖਾਂਦੀਆਂ। ਜੱਟ ਬੜੇ ਸਿਆਣੇ ਨੇ, ਜੱਟਾਂ ਨੇ ਪਤਾ ਕੀ ਕੀਤਾ, ਆ ਕੋਕੋ ਕੋਲਾ ਦੀ ਬੋਤਲ ਲੈ ਕੇ ਨਾ ਉਹਨੂੰ ਕੱਟ ਕੇ ਉਹਦੇ ਮੂੰਹ ਨੂੰ ਛਿੱਕੀ ਚੜ੍ਹਾ ਦਿੱਤੀ, ਉਹਨੇ ਕਿਹਾ ਹੁਣ ਦਾਲ ਆ ਕੇ ਵਹਾ, ਕੋਕੋ ਕੋਲਾ ਦੀ ਅੱਧੀ ਬੋਤਲ ਕੱਟ ਕੇ ਉਹਨੇ ਛਿੱਕੀ ਚੜ੍ਹਾ ਦਿੱਤੀ। ਚੱਲਿਆ ਮਾਸਕ ਚੜ੍ਹਾਇਆ, ਅਗਰ ਜੇ ਬਿਮਾਰੀ ਲੱਗਦੀ ਹੁੰਦੀ ਤਾਂ ਬਚਿਆ ਜਾਂਦਾ, ਅਤੇ ਆ ਟ੍ਰੈਫਿਕ ਵਾਰਡਨ ਸਾਰਾ ਦਿਨ ਸੜਕਾਂ ਖੁੰਦੇ, ਉਹ ਤਾਂ ਨਹੀਂ ਛਿੱਕੂ ਚੜ੍ਹਾ ਕੇ ਖਲੋਤੇ ਹੁੰਦੇ, ਤੁਰੇ ਫਿਰਦੇ। ਬਿਮਾਰੀ ਜਰਾਸੀਮ ਕਿਸੇ ਦੇ ਕਿਸੇ ਨੂੰ ਨਹੀਂ ਲੱਗ ਸਕਦੀ, ਸਿਰਫ ਤੌਣ ਦੀ ਬਿਮਾਰੀ ਫੈਲਦੀ, ਉਹ ਅੱਲਾਹ ਦੇ ਹੁਕਮ ਨਾਲ ਫੈਲਦੀ, ਬਾਕੀ ਕੋਈ ਬਿਮਾਰੀ ਕਿਸੇ ਨੂੰ ਕਿਸੇ ਦੀ ਨਹੀਂ ਲੱਗ ਸਕਦੀ। ਇਹ ਕਿੰਨੇ ਲੋਕ ਨੇ ਮਾਂ ਪਿਓ ਦਾ ਬੱਚਿਆ ਖੇਸ ਨਹੀਂ ਘਰ 'ਚ ਰੱਖਦੇ, ਇਹ ਨਹੀਂ ਬਿਮਾਰ ਸਨ ਇਹ ਕਿਸੇ ਨੂੰ ਦੇ ਦਿੰਦੇ, ਮੌਲਵੀ ਦੇ ਮਲਕ ਸਾਹਿਬ ਨੂੰ ਦੇ ਦਿੰਦੇ। ਯਾਰ ਮੇਰਾ ਯਾਰ, ਅੱਲਾਹ ਉਮਰ 'ਚ ਬਰਕਤ ਪਾਏ, ਕਿਉਂਕਿ ਮਲਕ ਸਾਹਿਬ ਗੱਲ ਸੱਚੀ ਮਾੜਾ ਬੰਦਾ ਹੈ, ਅੱਲਾਹ ਪਾ ਕੇ ਦੀ ਸਾਰੇ ਹਾਲਾਤ 'ਤੇ ਰਹਿਮ ਫਰਮਾਏ। ਗੱਲ ਜਿਹੜੀ ਸਮਝਾਉਣੀ ਹੈ ਨਾ, ਉਹ ਚੱਲਿਆ ਤੇਰੇ ਬਾਪ ਦਾ ਬਿਸਤਰ, ਤੈਨੂੰ ਇਹਦੇ 'ਤੇ ਨਫ਼ਰਤ, ਕਿਉਂਕਿ ਨਫ਼ਰਤ ਹੁੰਦੀ ਪਈ ਹੈ ਕਿ ਨਹੀਂ, ਲੋਕ ਬਿਸਤਰ ਨਹੀਂ ਘਰ 'ਚ ਰੱਖਦੇ, ਖੇਸ ਨਹੀਂ ਰੱਖਦੇ। Looking for a place where I can face the sun again. Daybreak creeping through, pretty soon I'll have to go, go, go.